ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਬੱਬੀ ਦੀ ਵੈਜੀਟੇਨ ਕਿਚਨ ਦੇ ਵਿੱਚ ਅੱਜ ਆਪਾਂ ਤੁਹਾਨੂੰ ਗ੍ਰੀਨ ਸੈਲਡ ਬਣਾ ਕੇ ਦਿਖਾਵਾਂਗੇ ਉਹਨਾਂ ਤੁਸੀਂ ਵੇਟ ਮੀ ਲੂਸ ਕਰ ਸਕਦੇ ਆ ਵੈਸੇ ਵੀ ਹੈਲਥੀ ਹੁੰਦਾ ਆ ਅੱਜ ਆਪਾਂ ਫਰੈਸ਼ ਤੁਹਾਨੂੰ ਸੈਲਡ ਬਣਾ ਕੇ ਦਿਖਾਵਾਂਗੇ ਠੀਕ ਹੈ ਜੀ ਵੀਡੀਓ ਦੇਖਦੇ ਹੋਣੇ ਤਾਂ ਲਾਈਕ ਸ਼ੇਅਰ ਕਰ ਦੇਈਓ ਚੈਨਲ ਨੂੰ ਸਬਸਕ੍ਰਾਈਬ ਕਰ ਦੇਈਓ ਚਲੋ ਆਪਾਂ ਬਣਾਈਏ ਬਣਾਉਣਾ ਸ਼ੁਰੂ ਕਰੀਏ ਹਾਂਜੀ ਜੀ ਅੱਜ ਆਪਾਂ ਥਣ ਜਿਹੜਾ ਗ੍ਰੀਨ ਸੈਲਡ ਬਣਾ ਕੇ ਦਿਖਾਉਣਾ ਆ ਫਰੈਸ਼ ਉਹਦੇ ਲਈ ਜਿਹੜਾ ਮੈਂ ਸਮਾਨ ਲਿਆ ਆ ਇੱਕ ਮੈਂ ਫਰੈਸ਼ ਲੈਟਸ ਲਈ ਆ ਰੈੱਡ ਕੈਬੇਜ ਲਈ ਆ ਇੱਕ ਆਪਾਂ ਗ੍ਰੀਨ ਕੈਬੇਜ ਲਈ ਆ ਦਿਸ ਵਨ ਬੰਦ ਗੋਭੀ ਕਰ ਲੋ ਹਨ ਬੰਦ ਗੋਭੀ ਹਰੀ ਵਾਲੀ ਤੇ ਰੈੱਡ ਵਾਲੀ ਦੋ ਆਪਾਂ ਸ਼ਿਮਲਾ ਮਿਰਚਾਂ ਲਈਆਂ ਆ ਰੈੱਡ ਵਾਲੀ ਤੇ 옐ੋ ਵਾਲੀ ਫਰੈਸ਼ ਨਿੰਬੂ ਦਾ ਜੂਸ ਪਾਵਾਂਗੇ ਥੋੜੀ ਜੀ ਮੈਂ ਕਯੂਕੰਬਰ ਲਈਆਂ ਇੱਕ ਕਪ ਪੈਪਰ ਪਾਵਾਂਗੇ ਇੱਕ ਗਾਜਰ ਪਾਵਾਂਗੇ ਫਰੈਸ਼ ਬੀਟਰੂਟ ਚਕੰਦਰ ਮੈਂ ਛੱਲ ਕੀ ਧੋ ਲਿਆ ਸਾਰਾ ਸਬਜ਼ੀ ਹਨਾ ਤੇ ਟਮਾਟਰ ਹੁਣ ਆਪਾਂ ਇਹਨਾਂ ਨੂੰ ਪਤਲਾ ਪਤਲਾ ਕੱਟ ਕੇ ਨਾਈਸ ਤੁਹਾਨੂੰ ਸੈਲਡ ਬਣਾ ਕੇ ਦਿਖਾਵਾਂਗੇ ਤੁਸੀਂ ਵੀ ਦੇਖਿਓ ਬਣਾ ਕੇ ਫਰੈਸ਼ ਖਾਇਆ ਕਰੋ ਨਾਈਸ ਹੁੰਦਾ ਆ ਹੈਲਥੀ ਹੁੰਦਾ ਆ ਇਹਦੇ ਨਾਲ weight ਵੀ lose ਹੁੰਦਾ ਆ ਹੁਣ ਆਪਾਂ ਕੱਟ ਕੇ ਦਿਖਾਈਏ ਤੁਹਾਨੂੰ ਕਯੂਕੰਬਰ ਨੂੰ ਤੁਹਾਡੀ ਮਰਜ਼ੀ ਆ ਜੇ ਤੁਸੀਂ ਉੱਤੇ ਇਹਨੂੰ ਛਿਲਣਾ ਚਾਹੁੰਦੇ ਆ ਤੇ ਛਿੱਲ ਵੀ ਸਕਦੇ ਆ ਨਹੀਂ ਛਿਲਣਾ ਚਾਹੁੰਦੇ ਤੇ ਤੁਸੀਂ ਐਦਾਂ ਵੀ ਕੱਟ ਸਕਦੇ ਹਨਾ ਜਿੱਦਾਂ ਤੁਸੀਂ ਖਾਣੀ ਚਾਹੁੰਦੇ ਆ ਸਲਾਈਸ ਵੱਡੇ ਕਰ ਲਓ ਚਾਹੇ ਛੋਟੇ ਕਰ ਲਓ ਤੁਸੀਂ ਉਦਾਂ ਰੱਖ ਸਕਦੇ ਆ ਠੀਕ ਹੈ ਜੀ ਆਪਾਂ ਤੁਹਾਨੂੰ ਨਾਈਸ ਪਲੇਟ ਕਰਕੇ ਦਿਖਾਵਾਂਗੇ ਤੇ ਮਾਰਨਿੰਗ ਟਾਈਮ ਜਰੂਰ ਖਾਇਆ ਕਰੋ ਆਪਾਂ ਇਹ ਨਾਈਸ ਸਿੱਧਾ ਕੱਟ ਕੇ ਮੈਂ ਇਦਾਂ ਦੇ ਸ্লাইਸ ਰੱਖੇ ਇਹਦੇ ਤੁਸੀਂ ਜਿੱਦਾਂ ਲਾਇਕ ਕਰਦੇ ਓਦਾਂ ਦੇ ਕਰ ਲਿਓ ਆਪਾਂ ਗਾਜਰ ਨੂੰ ਵੀ ਇਦਾਂ ਸੈਂਟਰ ਚੋਂ ਕੱਟ ਕੇ ਮੈਂ ਛਿੱਲ ਕੇ ਧੋ ਲਈਆ ਇਹਦੇ ਵੀ ਆਪਾਂ ਸ্লাইਸ ਕਰ ਲੈਣੇ ਆ ਇਦਾਂ ਹੀ ਜੇ ਹੋਰ ਵੀ ਤੁਸੀਂ ਕੋਈ ਵੈਜੀਟੇਬਲ ਐਡ ਵਿੱਚ ਕਰਨਾ ਚਾਹੁੰਦੇ ਆ ਕਰ ਸਕਦੇ ਆ ਜੇ ਕੋਈ ਸਕਿਪ ਕਰਨਾ ਚਾਹੁੰਦੇ ਆ ਕਿ ਸਮ ਟਾਈਮ ਕਿਸੇ ਨੂੰ ਕਿਸੇ ਚੀਜ਼ ਤੋਂ ਐਲਰਜੀ ਹੁੰਦੀ ਆ ਫਿਰ ਤੁਸੀਂ ਉਹ ਸਕਿਪ ਕਰ ਸਕਦੇ ਆ ਆਪਾਂ ਇਹ ਚੋਂ ਅੱਧਿ ਸ਼ਿਮਲਾ ਮਿਰਚ ਰੈੱਡ ਵਾਲੀ ਪਾਵਾਂਗੇ ਅੱਧੀ ਆਪਾਂ ਜੈਲੋ ਵਾਲੀ ਪਾਵਾਂਗੇ ਜਿਹੜੀ ਸ਼ਿਮਲਾ ਮਿਰਚ ਲਈ ਆਪਾਂ ਇਹਨੂੰ ਆਪਾਂ ਇਧਰ ਲੰਬੀ ਲੰਬੀ ਪਤਲੀ ਪਤਲੀ ਕੱਟਾਂਗੇ ਇਦਾਂ ਹੀ ਆਪਾਂ ਜੈਲੋ ਬਨ ਲੈ ਲਈਏ ਮੈਂ ਇਹਦੇ ਵਿੱਚ ਪਿਆਜ਼ ਨਹੀਂ ਐਡ ਕੀਤਾ ਹੈਗਾ ਪਿਆਜ਼ ਤੋਂ ਮੈਨੂੰ ਐਲਰਜੀ ਆ ਇਸ ਕਰਕੇ ਮੈਂ ਤੁਹਾਨੂੰ ਪਹਿਲਾਂ ਹੀ ਕਹਤਾ ਵੀ ਜਿਹੜੀ ਚੀਜ਼ ਤੁਹਾਨੂੰ ਐਲਰਜੀ ਆ ਤੁਸੀਂ ਉਹ ਵਿੱਚੋਂ ਸਕਿਪ ਕਰ ਸਕਦੇ ਆ ਮੈਨੂੰ ਛਿੱਕਾਂ ਲੱਗ ਜਾਂਦੀਆਂ ਜਦੋਂ ਮੈਂ ਫਰੈਸ਼ ਪਿਆਜ਼ ਖਾਂਦੀ ਆ ਜਿਹੜਾ ਐਪਲ ਆ ਉਹਦੇ ਚੋਂ ਮੈਂ ਸੀਡ ਕੱਢ ਦਿੱਤੇ ਆ ਇਹਨੂੰ ਵੀ ਮੈਂ ਜਿੱਦਾਂ ਆਪਾਂ ਗਾਜਰਾ ਤੇ ਕਕੂਮਬਰ ਕੱਟੀ ਆ ਇਦਾਂ ਕੱਟਾਂਗੇ ਜਿਹੜਾ ਆਪਣਾ ਬੀਟਰੂਟ ਆ ਇਹਨੂੰ ਆਪਾਂ ਕਦੂਕਸ ਕਰਾਂਗੇ ਉਹਦਾ ਖਾਣ ਨੂੰ ਤਾਂ ਬਹੁਤ ਹੈਲਥੀ ਹੈ ਇਹ ਪਰ ਥੋੜਾ ਹਾਰਡ ਹੁੰਦਾ ਆ ਇਹਨੂੰ ਆਪਾਂ ਗ੍ਰੇਟ ਕਰ ਲੈਣਾ ਕਦੂਕਸ ਕਰ ਲੈਣਾ ਹਨਾ ਇਦਾਂ ਕਰਦੇ ਹਾਂ ਹਾਂ ਜਿਹੜਾ ਸਮਾਨ ਆਪਾਂ ਇਹ ਕੱਟਿਆ ਆ ਇਹਨੂੰ ਆਪਾਂ ਕਿਸੇ ਬੋਲ ਦੇ ਵਿੱਚ ਕੱਢ ਲੈਨੇ ਆ ਤੇ ਆਪਾਂ ਕੈਬੇਜ ਕੱਟ ਲਈਏ ਗ੍ਰੀਨ ਵਾਲੀ ਤੇ ਪਰਪਲ ਵਾਲੀ ਜਿਹੜੀ ਹੈ ਰੈੱਡ ਕੈਬੇਜ ਹਨ ਕੱਟ ਕੇ ਫੇ ਤੁਹਾਨੂੰ ਨਾਈਸ ਪਲੇਟ ਕਰਕੇ ਦਿਖਾਵਾਂਗੀ ਇਹਦੀ ਰੈੱਡ ਕੈਬੇਜ ਨੂੰ ਵੀ ਜੇ ਤੁਸੀਂ ਕੱਦੂ ਕਸ ਕਰਨਾ ਚਾਹੁੰਦੇ ਹੋ ਤਾਂ ਗੱਦੂ ਕਸ ਵੀ ਕਰ ਸਕਦੇ ਆ ਲਓ ਜੀ ਆਪਾਂ ਜਿਹੜੀ ਰੈੱਡ ਕੈਬੇਜ ਆ ਤੇ ਗ੍ਰੀਨ ਕੈਬੇਜ ਦੋਨੇ ਕੱਟ ਲਈ ਆ ਹੁਣ ਆਪਣਾ ਰਹਿਣ ਦੀ ਸਿਰਫ ਕੱਲੀ ਲੈਟਸ ਲੈਟਸ ਨੂੰ ਆਪਾਂ ਨਾਲ-ਨਾਲ ਗਾਰਨਿਸ਼ ਕਰਾਂਗੇ ਨਾਲ-ਨਾਲ ਇਹਨਾਂ ਪਲੇਟਿੰਗ ਕਰਾਂਗੇ ਆਪਾਂ ਹੁਣ ਪਲੇਟਿੰਗ ਕਰੀਏ ਨਾਲ-ਨਾਲ ਆਪਾਂ ਲੈ ਆਇਆ ਬੋਲ ਵੱਡਾ ਇਹਦੇ ਚ ਆਪਾਂ ਪਹਿਲਾਂ ਥੱਲੇ ਲਾਵਾਂਗੇ ਲੈਟਸ ਜਿਹੜੀ ਆਪਾਂ ਲਈ ਆ ਆਪਾਂ ਲੈਟਸ ਨੂੰ ਇੰਦਾ ਨਾਲੋ ਲਾ ਕੇ ਪੱਤੇ ਧੋ ਕੇ ਸਵਾਰ ਕੇ ਤੇ ਆਪਾਂ ਨਾਲ ਇੰਦਾ ਲਾਵਾਂਗੇ ਨਾਲੇ ਆਪਣੀ ਪਲੇਟਿੰਗ ਹੋ ਜਾਊਗੀ ਨਾਲੇ ਆਪਣੀ ਲੈਟਸ ਜਿਹੜੀ ਇਹ ਵਿੱਚ ਆ ਜਾਊਗੀ ਲੈਟਸ ਆਪਾਂ ਪਾ ਲਈਆ ਹੁਣ ਆਪਾਂ ਇੱਥੇ ਪਾਵਾਂਗੇ ਜਿਹੜੀ ਕੈਬੇਜ ਰੈੱਡ ਕੈਬੇਜ ਆਪਾਂ ਕੀਤੀ ਹੋਈ ਆ ਇਹਨੂੰ ਇੰਦਾ ਹੱਥ ਦੇ ਨਾਲ ਖੋਲ ਲੈਣਾ ਹੈ ਗ੍ਰੀਨ ਵਾਲੇ ਵੀ ਪਾ ਦਈਏ ਹੁਣ ਪਾ ਦਈਏ ਆਪਾਂ ਗਾਜਰਾ ਨਾਲੇ ਪਾ ਦਈਏ ਆਪਾਂ ਜਿਹੜਾ ਖੀਕੁੰਬਰ ਨਾਲੇ ਸ਼ਿਮਲਾ ਮਿਰਚਾਂ ਇਹ ਆਪਾਂ ਮਿਕਸ ਕਰ ਲਈਏ ਸੀ ਸਾਰੀਆਂ ਹੁਣ ਇੱਥੇ ਆਪਾਂ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਲੈਮਨ ਜੂਸ ਮੈਂ ਇੱਕ ਚਮਚਾ ਜੂਸ ਦਾ ਉਰ ਚ ਕੱਢ ਲਿਆ ਇਹਦੇ ਨਾਲ ਆਪਣਾ ਜਿਹੜਾ ਸੈਲਡ ਆ ਉਹ ਕਾਲਾ ਨਹੀਂ ਹੋਊਗਾ ਹੁਣ ਆਪਾਂ ਇੱਥੇ ਪਾਵਾਂਗੇ ਬ੍ਰਾਊਨ 슈ਗਰ ਤੁਸੀਂ ਵਾਈਟ ਵੀ ਪਾ ਸਕਦੇ ਆ 1 tsp ਪਾਇਆ ਮੈਂ 1 tsp ਪਾਪਾ ਪਾਵਾਂਗੇ ਸాల్ਟ ਇਹ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਆ ਮੈਂ ਆਪਣੇ ਹਿਸਾਬ ਨਾਲ ਪਾ ਲਿਆ ਆਪਾਂ ਇੱਥੇ ਪਾਵਾਂਗੇ ਬਲੈਕ ਪੀਪਰ ਕਾਲੀਆਂ ਮਿਰਚ ਇਹਨੂੰ ਮੈਂ ਕ੍ਰਸ਼ ਕਰ ਲੈਣਾ ਨਾਲ ਨਾਲ ਇਹ ਆਪਸ਼ਨਲ ਆ ਜੇ ਤੁਸੀਂ ਸਕਿਪ ਕਰਨੀਆਂ ਚਾਹੋਣੇ ਤਾਂ ਸਕਿਪ ਵੀ ਕਰ ਸਕਦੇ ਆ ਹੁਣ ਆਪਾਂ ਪਾਵਾਂਗੇ ਉੱਪਰ ਆਪਣਾ ਜਿਹੜਾ ਬੀਟਰ ਰੂਟ ਆ ਆਪਾਂ ਇਹ ਕੱਦੂਕਸ ਕੀਤਾ ਹੋਇਆ ਸੀਗਾ ਇਹ ਮੈਂ ਤਾਂ ਫੇਰ ਰੱਖ ਲਿਆ ਸੀ ਮੈਂ ਕਿਹਾ ਉੱਪਰ ਨਾਲੇ ਗਾਰਨਿਸ਼ ਇਹ ਨਾਲ ਨਾਈਸ ਲੱਗੂਗਾ ਇਹ ਕਲਰ ਇਹਦਾ ਨਾਈਸ ਆ ਤੇ ਆਪਾਂ ਬਾਅਦ 'ਚ ਇਹਨੂੰ ਜਦੋਂ ਮੈਂ ਖਾਣਾ ਉਹਦੇ ਮੈਂ ਮਿਕਸ ਕਰ ਲੈਣਾ ਸਾਰਾ ਕੁਝ ਹੁਣ ਆਪਾਂ ਪਲੇਟਿੰਗ ਕਰ ਲਈ ਨਾਲ-ਨਾਲ ਨਾਲ-ਨਾਲ ਆਪਣਾ ਸੈਲਡ ਵੀ ਰੱਖਿਆ ਹੋ ਗਿਆ